ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਅੱਜ ਸਾਡੇ ਮਹਾਨ ਪਰਉਪਕਾਰੀ ਨਾਨਾ ਜੀ ਸਰਦਾਰ ਚਰਨ ਸਿੰਘ ਜੀ, ਜੋ ਕਿ ਆਪਣੀ ਦਿੱਤੇ ਸਵਾਸਾਂ ਨੂੰ ਪੂਰਾ ਕਰਕੇ ਚਾਲਾ ਮਾਰ ਚੁੱਕੇ ਨੇ, ਅਤੇ ਉਹ ਬਹੁਤ ਹੀ ਮਹਾਨ ਪਰਉਪਕਾਰੀ ਇਨਸਾਨ ਸੀਗੇ। ਉਹਨਾਂ ਦੀਆਂ ਲਿਖਤਾਂ ਜਦੋਂ ਕੋਈ ਪੜ੍ਹਦਾ, ਉਹਦੇ ਵਿੱਚ ਜੋ ਵੀ ਸਿੱਖਿਆਵਾਂ ਨੇ ਉਹ ਸਾਰਾ ਪਰਉਪਕਾਰੀ ਹੈ, ਜੋ ਰਹਿੰਦੀ ਦੁਨੀਆ ਤੱਕ ਰਹੇਗਾ, ਜੋ ਵੀ ਪੜ੍ਹੇਗਾ ਉਹ ਪਰਉਪਕਾਰ ਹੁੰਦੇ ਰਹਿਣਗੇ। ਅਤੇ ਜਾਣ ਵੇਲੇ ਵੀ ਉਹਨਾਂ ਨੇ ਆਪਣਾ ਸਰੀਰ ਵੀ ਉਸੇ ਪਰਉਪਕਾਰ ਵਿੱਚ ਹੀ ਲਾ ਦਿੱਤਾ। ਸੋ ਇਸ ਕਰਕੇ ਬਹੁਤ ਵੱਡੇ ਪਰਉਪਕਾਰੀ ਸੀ, ਸਦਾ ਹੀ ਸਾਰਿਆਂ ਨਾਲ ਮਿੱਠ ਬੋਲਣ ਵਾਲੇ। ਜਿਸ ਕੋਲ ਵੀ ਬਹਿਣਾ ਉਹਨੂੰ ਕੁਛ ਦੇਣਾ ਹੀ, ਉਸ ਕੋਲ ਲੈਣਾ ਨਹੀਂ ਕੁਛ, ਚਾਹੇ ਉਹ ਸਿੱਖਿਆ ਰੂਪ 'ਚ ਦੇਣ, ਚਾਹੇ ਉਹ ਕਿਸੇ ਰੂਪ 'ਚ ਵੀ ਦੇਣ, ਪਰ ਉਹ ਦਿੰਦੇ ਸੀਗੇ, ਦਾਤੇ ਹੀ ਸੀਗੇ। ਉਹ ਬਹੁਤ ਵੱਡੇ ਸਾਧੂ ਸੀਗੇ, ਜਿਨ੍ਹਾਂ ਦਾ ਮਨ ਸਾਧਿਆ ਹੋਇਆ ਸੀ, ਤਾਂ ਹੀ ਕਿਸੇ ਨੂੰ ਸੇਧ ਦਿੰਦੇ ਸੀਗੇ। ਸੋ ਬਹੁਤ ਵੱਡਾ ਜੀਵਨ ਸੀ ਜਿਸ ਨੂੰ ਜੀ ਕੇ, ਅਤੇ ਉਹਨਾਂ ਦਾ ਜੀਵਨ ਚੱਲਦਾ ਹੀ ਰਹੇਗਾ ਜਦੋਂ ਤੱਕ ਉਹਨਾਂ ਦੀਆਂ ਲਿਖਤਾਂ ਸਾਨੂੰ, ਜੋ ਉਹਨਾਂ ਨੇ ਸਿੱਖਿਆਵਾਂ ਦਿੱਤੀਆਂ, ਅਸੀਂ ਉਹਨਾਂ 'ਤੇ ਚੱਲਦਾ ਰਹਿਣਾ। ਜਿਵੇਂ ਜਿਵੇਂ ਅਸੀਂ ਉਹਨਾਂ ਦੀ ਸਿੱਖਿਆਵਾਂ 'ਤੇ ਚੱਲਦੇ ਰਹਾਂਗੇ, ਉਵੇਂ ਉਵੇਂ ਉਹ ਵੀ ਸਾਡੇ ਨਾਲ ਚੱਲ ਰਹੇ ਨੇ। ਸੋ ਇਸ ਕਰਕੇ ਜਿਹੜੇ ਐਸੇ ਮਹਾਨ ਪਰਉਪਕਾਰੀ ਪੁਰਖ ਹੁੰਦੇ ਨੇ ਜੀ, ਪੂਰਨ ਪੁਰਖ, ਇਹ ਕਦੀ ਨਾ ਆਉਂਦੇ ਨੇ ਅਤੇ ਨਾ ਕਦੀ ਜਾਂਦੇ ਨੇ। ਸੋ ਇਹੀ ਬਸ ਜੀ ਉਹਨਾਂ ਦੇ ਚਰਨਾਂ 'ਚ ਆ ਜੀ, ਉਹ ਆਪਣੀ ਸਿੱਖਿਆ ਅਤੇ ਆਪਣਾ ਮਿਹਰ ਭਰਿਆ ਹੱਥ ਸਾਡੇ 'ਤੇ ਰੱਖਣ। ਧੰਨਵਾਦ। ਆਲਮਗੀਰ ਇੱਕ ਬਹੁਤ ਹੀ ਮਹਾਨ ਸ਼ਖਸੀਅਤ, ਇੱਕ ਬਹੁਤ ਹੀ ਵਧੀਆ ਫਿਲੋਸਫਰ ਐਂਡ ਔਥਰ। ਆਪਣੀ ਜ਼ਿੰਦਗੀ ਵਿੱਚ ਕਿਸੇ ਤੋਂ ਨਾ ਐਕਸਪੈਕਟ ਕਰਨਾ ਅਤੇ ਸਭ ਕੁਝ ਬਾਕੀਆਂ ਨੂੰ ਦੇਣਾ। ਮੈਂ ਜੇ ਕਿਸੇ ਤੋਂ ਸਿੱਖਣਾ ਚਾਹਵਾਂ ਤਾਂ ਮੈਂ ਇਹਨਾਂ ਤੋਂ ਸਿੱਖਣਾ ਚਾਹਵਾਂਗੀ। ਮਤਲਬ ਆਪਣੀ ਸੋਚ ਤੋਂ ਅਗਾਂਹ ਵਧੂ ਸੋਚ ਰੱਖਣਾ, ਆਪਣੇ ਟਾਈਮ ਤੋਂ ਅੱਗੇ ਦਾ ਸੋਚਣਾ। ਸ਼ਾਇਦ ਹੀ ਮੈਨੂੰ ਲੱਗਦਾ ਹੈ ਕੋਈ 100 ਸਾਲ ਜਾਂ 150 ਸਾਲ ਜਾਂ 200 ਸਾਲ ਆਉਣ ਵਾਲੇ ਲੋਕ ਉਹ ਸੋਚਣਗੇ ਜੋ ਇਹ ਅੱਜ ਸੋਚ ਗਏ ਆ। ਮਤਲਬ ਆਪਣੀ ਬੋਡੀ ਨੂੰ ਡੋਨੇਟ ਕਰਨਾ ਕਿਸੇ ਕਿਸੇ ਦੇ ਵੱਸ ਦੀ ਗੱਲ ਹੋ ਸਕਦੀ ਹੈ, ਜੋ ਇੰਨਾ ਕੀਤਾ ਉਹ ਕੋਈ ਹੀ ਸ਼ਾਇਦ ਕਰੇਗਾ। ਇਹ ਫੁੱਲਾਂ ਬੂਟਿਆਂ ਨੂੰ ਇੰਨਾ ਪਿਆਰ ਕਰਦੇ ਰਹੇ ਹੈ, ਮਤਲਬ ਇੰਨਾ ਬੂਟਿਆਂ ਲਾਗੇ ਬੈਠੇ ਰਹਿਣਾ, ਧੁੱਪ ਹੋਵੇ ਛਾਂ ਹੋਵੇ, ਸੂਰਜ ਦੀ ਪਹਿਲੀ ਕਿਰਨ ਦੇ ਨਾਲ ਇਹਨਾਂ ਸ਼ੁਰੂ ਕਰਨਾ ਹੈ ਲਿਖਣਾ, ਅਤੇ ਸੂਰਜ ਢਲਦਿਆਂ ਇਹਨਾਂ ਨੇ ਬੰਦ ਕਰ ਦੇਣਾ ਹੈ ਜੀ। ਇਹਨਾਂ ਨੇ 4 ਵਜੇ ਤੋਂ ਬਾਅਦ ਕੁਛ ਵੀ ਨਹੀਂ ਖਾਣਾ, ਕਿ ਜਦੋਂ ਸੂਰਜ ਨਿਕਲੇਗਾ ਉਦੋਂ ਇਹਨਾਂ ਨੇ ਕੁਛ ਵੀ ਆਪਣਾ ਭੋਜਨ ਛਕਣਾ ਹੈ। ਇੱਕ ਠੰਡੇ ਪਾਣੀ ਦੇ ਇੰਨੇ ਸ਼ੌਕੀਨ ਰਹੇ ਹੈ ਕਿ ਮਤਲਬ ਇਹ ਮਤਲਬ ਬਹੁਤ ਹੀ, ਚਾਹੇ ਗਰਮੀ ਹੋਏ ਚਾਹੇ ਸਰਦੀ ਹੋਏ, ਠੰਡਾ ਪਾਣੀ ਪੀਂਦੇ ਸੀਗੇ ਹਮੇਸ਼ਾ। ਇਹ ਇੰਨੀ ਸਿੰਪਲ ਲਾਈਫ ਯੈਟ ਹਾਰਡ ਲਾਈਫ ਜੀ ਕੇ ਗਏ ਆ, ਜੋ ਕਿ ਕੋਈ ਸੋਚ ਵੀ ਨਹੀਂ ਸਕਦਾ ਕਿ ਆਪਾਂ ਜੀ ਸਕਦੇ ਹਾਂ ਲਾਈਫ ਇੰਨੀ ਸਿੰਪਲ ਸਰਲਤਾ ਵਾਲੀ ਜ਼ਿੰਦਗੀ, ਜਿੱਥੇ ਜਿਹਦੇ ਵਿੱਚ ਸ਼ਾਇਦ ਹੀ ਕੋਈ ਐਕਸਪੈਕਟ ਕਰੇਗਾ ਕਿ ਹਾਂ ਮੈਨੂੰ ਆਹ ਚਾਹੀਦਾ, ਮੈਨੂੰ ਆਹ ਚਾਹੀਦਾ, ਕਦੇ ਵੀ ਨਹੀਂ। ਇੱਕ ਅਜੇ ਤੱਕ ਇਹ ਮਤਲਬ ਗਰਮੀ ਵਿੱਚ ਧੁੱਪੇ ਬੈਠ ਕੇ ਆਪਣੀਆਂ ਨੋਵਲਾਂ ਲਿਖਦੇ ਰਹੇ ਆ, ਧੁੱਪੇ ਬੈਠ ਬੈਠ ਕੇ ਇਹਨਾਂ ਮਤਲਬ ਆਪਣੇ ਜਿੰਨੇ ਵੀ ਨੋਵਲ ਹੈ ਉਹ ਸਾਰੇ ਲਿਖੇ ਹੈ। ਕਦੀ ਇਹਨਾਂ ਪੱਖਾ ਨਹੀਂ ਵਰਤਿਆ ਹੋਏਗਾ, ਕਦੀ ਇਹਨਾਂ ਏਸੀ ਜਾਂ ਕੋਈ ਵੀ ਅੱਜ ਦੇ ਮਾਡਰਨ ਯੁੱਗ ਦਾ ਕੋਈ ਵੀ ਚੀਜ਼ ਜਿਹੜੀ ਹੋਏਗੀ, ਜਿਹੜੀ ਆਪਾਂ ਨੂੰ ਕੰਫਰਟ ਲਾਈਫ ਲਈ ਚਾਹੀਦੀ ਹੁੰਦੀ ਹੈ, ਉਹਨਾਂ ਕਦੇ ਵੀ ਨਹੀਂ ਵਰਤੀ ਹੋਏਗੀ। ਮਤਲਬ ਟੂ ਬੀ ਸੱਚ ਅ ਮੈਨ ਐਂਡ ਟੂ ਬੀ ਸੱਚ ਅ ਹੰਬਲ ਮੈਨ ਇਜ਼, ਆਈ ਡੋਂਟ ਥਿੰਕ ਐਨੀ ਵਨ ਔਰ ਐਨੀ ਵਨ ਇਨ ਕਮਿੰਗ ਏਜਿਸ ਕੈਨ ਬੀ। ਤੁਹਾਡੇ ਕੀ ਲੱਗਦੇ ਸੀ ਕਿ ਇਹਨਾਂ ਦੀ ਕਿੰਨੀ ਉਮਰ ਸੀ ਜੀ? ਇਹ ਮੇਰੇ ਨਾਨਾ ਜੀ ਹੈ, ਇਹ ਮਤਲਬ ਇਹ ਸਾਡੇ ਉਹ ਸਰਪ੍ਰਸਤ ਨੇ ਜਿਹੜੇ ਕਿ ਮਤਲਬ ਸ਼ਾਇਦ ਕਿਸੇ ਕਿਸੇ ਨੂੰ ਹੀ ਮਿਲਣਗੇ। ਇਹਨਾਂ ਹਮੇਸ਼ਾ ਮਤਲਬ ਆਪਣੇ ਬੱਚਿਆਂ ਦਾ, ਆਪਣੇ ਆਪਾਂ ਦੋਤੇ ਪੋਤਿਆਂ ਦਾ, ਦੋਤੀਆਂ ਦਾ, ਪੋਤਿਆਂ ਦਾ, ਪੋਤੀਆਂ ਦਾ, ਇਨ ਮਤਲਬ ਜਿੰਨੇ ਵੀ ਜਾਣਿਆਂ ਦਾ ਸਾਡਾ ਨਾਮ ਰੱਖਿਆ ਹੋਇਆ ਇਹਨਾਂ ਨੇ ਰੱਖਿਆ ਹੈ।
ਆਪਾਂ ਇੰਨੇ ਸ਼ੁਕਰਗੁਜ਼ਾਰ ਹਾਂ ਕਿ ਮਤਲਬ ਉਹ ਨਾਮ ਜਿਹੜਾ ਸਾਨੂੰ ਇਹਨਾਂ ਨੇ ਦਿੱਤਾ ਹੈ ਉਹ ਆਪਾਂ ਹਮੇਸ਼ਾ ਆਪਣੀ ਜ਼ਿੰਦਗੀ ਨਾਲ ਕੈਰੀ ਫੋਰਵਰਡ ਕਰ ਸਕਾਂਗੇ। ਮਤਲਬ ਜਦੋਂ ਸ਼ਾਇਦ ਮੈਂ ਆਪਣੇ ਬਾਰੇ ਸੋਚਾਂਗੀ, ਜਦੋਂ ਵੀ ਸਾਡੇ ਵਿੱਚੋਂ ਕੋਈ ਵੀ ਮੇਰਾ ਕਜ਼ਨ, ਮੇਰੇ ਪਿਤਾ ਮਾਤਾ, ਮਤਲਬ ਜਦੋਂ ਵੀ ਉਹ ਸੋਚਣਗੇ ਕਿ ਹਾਂ ਆਪਾਂ ਦੀ ਸ਼ਖਸੀਅਤ ਕੀ ਹੈ, ਉਹ ਸ਼ਾਇਦ ਉਦੋਂ ਹੀ ਆਪਾਂ ਨਾਨਾ ਜੀ ਨੂੰ ਯਾਦ ਕਰਾਂਗੇ। ਅਤੇ ਇੰਨੀ ਮਹਾਨ ਸ਼ਖਸੀਅਤ ਦੇ ਜੀਨਸ ਆਪਣੇ ਵਿੱਚ ਲੈ ਕੇ ਆਉਣਾ ਇੱਕ ਮੇਰੇ ਲਈ ਬਹੁਤ ਹੀ ਪ੍ਰਾਊਡ ਵਾਲੀ ਗੱਲ ਹੈ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਇਸ ਚੀਜ਼ ਲਈ। ਮੇਰਾ ਨਾਮ ਡਾਕਟਰ ਜਗਦੀਪ ਸਿੰਘ ਕਲਾਰ, ਪ੍ਰੋਫੈਸਰ ਐਂਡ ਹੈੱਡ ਅਨਾਟਮੀ ਡਿਪਾਰਟਮੈਂਟ, ਗਵਰਨਮੈਂਟ ਮੈਡੀਕਲ ਕਾਲਜ, ਅੰਮ੍ਰਿਤਸਰ। ਅਸੀਂ ਸਰਦਾਰ ਚਰਨ ਸਿੰਘ ਜੀ ਅਤੇ ਉਹਨਾਂ ਦੇ ਸਾਰੇ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇੱਕ ਜਾਗਦੀ ਮਿਸਾਲ ਪੈਦਾ ਕੀਤੀ ਹੈ। ਕਿਉਂਕਿ ਇਹ ਜੋ ਸ਼ੁਭ ਕੰਮ ਹੈ ਇਹ ਉਹ ਇਨਸਾਨ ਕਰ ਸਕਦਾ ਹੈ ਜੋ ਅੰਦਰੋਂ ਪਰਮਾਤਮਾ ਦੇ ਨਾਲ ਜੁੜਿਆ ਹੁੰਦਾ ਹੈ। ਉਹਨਾਂ ਦੀਆਂ ਕਿਤਾਬਾਂ ਆਪਾਂ ਸਾਰਿਆਂ ਨੇ ਪੜ੍ਹੀਆਂ ਨੇ, ਕਿਤਾਬਾਂ ਵੀ ਪੜ੍ਹਦੇ ਰਹਾਂਗੇ, ਉਹ ਹਮੇਸ਼ਾ ਸਾਨੂੰ ਸੇਧ ਦਿੰਦੇ ਰਹਿਣਗੇ। ਅਤੇ ਅਸੀਂ ਸਾਰੇ ਪ੍ਰਿੰਸੀਪਲ, ਡਾਇਰੈਕਟਰ ਪ੍ਰਿੰਸੀਪਲ ਡਾਕਟਰ ਰਜੀਵ ਦੇਵਗਨ ਅਤੇ ਸਮੂਹ ਸਟਾਫ ਵੱਲੋਂ ਇਹਨਾਂ ਦਾ ਤਹਿ ਦਿਲੋਂ ਇੰਨਾ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਆਉਣ ਵਾਲੀ ਪੀੜ੍ਹੀਆਂ ਨੂੰ ਇੱਕ ਨਵੀਂ ਡਾਇਰੈਕਸ਼ਨ ਦੇ ਦਿੱਤੀ ਹੈ ਜਿਹੜੀ ਕਿ ਹਮੇਸ਼ਾ ਹੀ ਚੱਲਦੀ ਰਹੇਗੀ। ਇਹਨਾਂ ਚੰਦ ਸ਼ਬਦਾਂ ਨਾਲ ਅਸੀਂ ਉਮੀਦ ਕਰਦੇ ਹਾਂ ਕਿ ਪਰਮਾਤਮਾ ਇਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ ਅਤੇ ਪਿੱਛੋਂ ਪਰਿਵਾਰ ਨੂੰ ਪਾਣਾ ਮੰਨਣ ਦੀ ਸ਼ਕਤੀ ਦੇਵੇ। ਵਾਹਿਗੁਰੂ ਜੀ ਕਾ ਖਾਲਸਾ। ਇਹ ਸਰ ਬਿਲਕੁਲ ਲੋਕਾਂ ਦਾ ਵਹਿਮ ਹੈ, ਕਿਉਂਕਿ ਜਿਹੜੇ ਲੋਕ, ਪਹਿਲਾਂ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਧਰਮ ਕੀ ਹੈ। ਰਿਲੀਜਨ ਇਜ਼ ਦੀ ਰਿਲਾਈਜੇਸ਼ਨ ਆਫ ਗੋਡ, ਪਰਮਾਤਮਾ ਨੂੰ ਜਾਣ ਲੈਣਾ ਹੀ ਧਰਮ ਹੈ। ਹਿੰਦੂ, ਮੁਸਲਿਮ, ਸਿੱਖ, ਈਸਾਈ, ਅਸੀਂ ਸਾਰੇ ਇੱਕ ਹੈ, ਸਾਡਾ ਪਰਮਾਤਮਾ ਵੀ ਇੱਕ ਹੀ ਹੈ। ਇਹਨੂੰ ਸਮਝਣਾ ਕਿਵੇਂ ਹੈ? ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਥਿਊਰੀ ਹੁੰਦੀ ਹੈ, ਇੱਕ ਪ੍ਰੈਕਟੀਕਲ ਹੁੰਦੀ ਹੈ। ਇੱਕ ਹਰ ਧਾਰਮਿਕ ਗ੍ਰੰਥ ਦੇ ਵਿੱਚ ਆਤਮ ਗਿਆਨ ਦੇ ਬਾਰੇ ਦੱਸਿਆ ਗਿਆ ਹੈ। ਉਹ ਕੀ ਚੀਜ਼ ਹੈ ਕਿ ਆਪਾਂ ਜੋਤ ਕਿਉਂ ਜਗਾਉਂਦੇ ਹਾਂ? ਮਨ, ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਹਿਚਾਨ। ਗੁਰੂ ਸਾਹਿਬਾਨਾਂ ਨੇ ਕਿਹਾ ਕਿ ਤੁਦਮੇ ਜੋਤ ਰੱਖੀ ਤਾਂ ਤੂੰ ਜਗਮੇ ਆਇਆ, ਜਗਮੇ ਆ ਕੇ ਕਿਆ ਕਰਮ ਕਮਾਇਆ, ਹੀਰੇ ਜੈਸਾ ਜਨਮ ਕੌਡੀ ਬਦਲੇ ਗਵਾਇਆ। ਕਿਉਂਕਿ ਹੀਰੇ ਜੈਸਾ ਜਨਮ ਤਾਂ ਕਿਹਾ ਗਿਆ ਹੈ ਕਿਉਂਕਿ ਇਸ ਜੀਵਨ ਵਿੱਚ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ। ਔਰ ਇਹ ਸਰਦਾਰ ਚਰਨ ਸਿੰਘ ਜੀ ਉਸ ਪਰਮਾਤਮਾ ਨੂੰ ਮਿਲੇ ਹੋਏ ਸਨ ਔਰ ਸਾਰੀ ਰਿਐਲਿਟੀ ਨੂੰ ਜਾਣਦੇ ਸੀ, ਇਸ ਕਰਕੇ ਉਹਨਾਂ ਨੇ ਆਪਣੇ ਸਰੀਰ ਦੀ ਮਹੱਤਵਤਾ ਨੂੰ ਉਦੋਂ ਤੱਕ ਹੀ ਇੰਪੋਰਟੈਂਸ ਦਿੱਤੀ ਜਦੋਂ ਤੱਕ ਉਹ ਪਰਮਾਤਮਾ ਅੰਸ਼ ਆਤਮਾ ਰੂਪ ਦੇ ਵਿੱਚ ਇਹਨਾਂ ਦੇ ਵਿੱਚ ਵਿਰਜਮਾਨ ਸੀਗਾ। ਜਦੋਂ ਆਤਮਾ ਸਰੀਰ ਵਿੱਚੋਂ ਨਿਕਲ ਜਾਂਦੀ ਹੈ ਤਾਂ ਇਸ ਸਰੀਰ ਦੀ ਕੋਈ ਵੈਲਿਊ ਨਹੀਂ ਰਹਿੰਦੀ। ਸੋ ਇਸ ਕਰਕੇ ਸਰਦਾਰ ਚਰਨ ਸਿੰਘ ਜੀ ਅੰਦਰੋਂ ਉਸ ਮਹਾਨ ਪਰਮਾਤਮਾ ਨਾਲ ਜੁੜੇ ਹੋਏ ਸਨ। ਜਿਵੇਂ ਲਾਅ ਆਫ ਕੰਜ਼ਰਵੇਸ਼ਨ ਆਫ ਐਨਰਜੀ ਕਹਿੰਦਾ, ਐਨਰਜੀ ਕੈਨ ਨੀਦਰ ਬੀ ਕ੍ਰੀਏਟਿਡ ਡੋਟ ਡਿਸਟਰੋਇਡ ਬਟ ਚੇਂਜ ਇਟਸ ਫੋਰਮ, ਉਹਨਾਂ ਨੇ ਆਪਣਾ ਫੋਰਮ ਉਸ ਪਰਮਾਤਮਾ ਨਾਲ ਜੋੜ ਕੇ ਰੱਖਿਆ ਹੋਇਆ ਸੀਗਾ। ਉਹ ਕਹਿੰਦੇ ਆ ਨਾ ਕਿ ਜਬ ਦੇਖਾ ਤਬ ਗਾਵਾ, ਉਹਨਾਂ ਨੇ ਉਸ ਪਰਮਾਤਮਾ ਨੂੰ ਦੇਖਿਆ ਹੋਇਆ ਸੀ ਅਤੇ ਉਸ ਦੇ ਮਾਰਗ 'ਤੇ ਚੱਲ ਰਹੇ ਸੀ। ਇਸ ਕਰਕੇ ਉਹਨਾਂ ਨੇ ਜੋ ਫੈਸਲਾ ਲਿਆ ਉਹ ਬਿਲਕੁਲ ਸੱਚ ਹੈ। ਸਰੀਰ ਦੀ ਕੋਈ ਵੈਲਿਊ ਨਹੀਂ ਹੈ ਜਦੋਂ ਆਤਮਾ ਇਸ ਦੇ ਵਿੱਚੋਂ ਨਿਕਲ ਜਾਂਦੀ ਹੈ। ਮੈਂ ਡਾਕਟਰ ਤੇਜਵੀਰ ਸਿੰਘ, ਪ੍ਰਿੰਸੀਪਲ ਰਿਟਾਇਰਡ ਗੌਰਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ। ਅੱਜ ਪਰਿਵਾਰ ਦੇ ਵੱਲੋਂ ਆਪਣੇ ਜੋ ਬੋਡੀ ਡੋਨੇਟ ਕੀਤੀ ਗਈ ਹੈ ਅਸ਼ੋਕ ਚਰਨ ਆਲਮਗੀਰ ਜੀ ਦੀ, ਤੋ ਇਹਨਾਂ ਨੂੰ ਮੈਂ ਬਹੁਤ 40 ਸਾਲ ਪਹਿਲੇ ਮਿਲਿਆ। ਬੜੀ ਸਾਦਗੀ ਦੇ ਵਿੱਚ ਰਹਿਣ ਵਾਲੇ ਇਨਸਾਨ ਔਰ ਬੜੀ ਉੱਚੀ ਸੋਚ ਵਾਲੇ ਇਨਸਾਨ, ਜਿਵੇਂ ਜ਼ਿੰਦਗੀ ਦਾ ਫਲਸਫਾ ਜਿਹੜਾ ਸੀ ਇਹਨਾਂ ਨੇ ਬਹੁਤ ਮਤਲਬ ਆਪਣੇ ਕਿਤਾਬਾਂ ਦੇ ਵਿੱਚ ਲਿਆਂਦਾ, ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਨੇ ਔਰ ਉਸੇ ਤਰ੍ਹਾਂ ਦੀ ਜ਼ਿੰਦਗੀ ਜੀਵੀ ਹੈ ਜਿਸ ਤਰ੍ਹਾਂ ਦਾ ਇਹਨਾਂ ਨੇ ਲਿਖਿਆ ਹੈ। ਔਰ ਅੱਜ ਕੱਲ੍ਹ ਦੇ ਜ਼ਮਾਨੇ ਤੱਕ ਵੀ ਜਦੋਂ ਲੋਕ ਬੜੇ ਵਹਿਮਾਂ ਭਰਮਾਂ 'ਚ ਫਸੇ ਨੇ ਵੀ ਬੋਡੀ ਦਾ ਸੰਸਕਾਰ ਕਰਨਾ ਚਾਹੀਦਾ, ਗਤੀਆਂ ਨਹੀਂ ਹੁੰਦੀਆਂ ਜਾਂ ਇਸ ਤਰ੍ਹਾਂ ਨਹੀਂ ਹੁੰਦੀਆਂ, ਤਾਂ ਇਹ ਕੋਈ ਵਿਰਲਾ ਇਨਸਾਨ ਹੀ ਹੈ ਜਿਹੜਾ ਉਹ ਤੋਂ ਉੱਪਰ ਉੱਠ ਕੇ ਸੋਚ ਸਕਦਾ ਕਿ ਮੈਂ ਆਪਣੀ ਜਿਹੜਾ ਸਰੀਰ ਹੈ ਆਪਣੀ ਮੌਤ ਤੋਂ ਬਾਅਦ ਵੀ
ਮੈਡੀਕਲ ਕਾਲਜ ਦੇ ਬੱਚਿਆਂ ਦੀ ਰਿਸਰਚ ਦੇ ਲਈ, ਖੋਜ ਦੇ ਲਈ ਆਪਣੇ ਆਪ ਨੂੰ ਦਾਨ ਕਰਾਂ ਔਰ ਇਹਨਾਂ ਗੱਲਾਂ ਦੇ ਵਿੱਚ ਨਾ ਪਵਾਂ ਕਿ ਮੇਰੀ ਮੁਕਤੀ ਦਾ ਜਿਹੜਾ ਸੰਬੰਧ ਹੈ ਉਹ ਕਿਤੇ ਮੇਰੇ ਉਸਦੇ ਨਾਲ ਹੈ। ਤੋ ਮੈਂ ਤਾਂ ਇਹਨਾਂ ਨੂੰ ਮਿਲਦਾ ਰਿਹਾ ਗੁਰਦਾਸਪੁਰ ਦੇ ਵਿੱਚ ਜਦੋਂ ਇਹ ਪ੍ਰਿੰਸੀਪਲ ਸੀਗੇ, ਪਰ ਇਹ ਬਟਾਲੇ ਤੋਂ ਪਰਿਵਾਰ ਹੈ, ਤੋ ਇਸ ਪਰਿਵਾਰ ਦੇ ਬੇਟੀ ਜੋਗੀ ਚੀਮਾ ਤੋਂ ਅਤੇ ਇਹਨਾਂ ਦੀ ਇੱਕ ਬੇਟੀ ਤੋਂ ਇੱਥੇ ਸਾਡੇ ਕੋਲ ਸਟਾਫ ਨਰਸ ਦੇ ਤੌਰ 'ਤੇ ਵੀ ਰਿਟਾਇਰ ਹੋਏ ਨੇ, ਇੱਥੇ ਸਰਵਿਸ ਕੀਤੀ ਉਹਨਾਂ ਨੇ। ਬਾਕੀ ਇਹਨਾਂ ਦੇ ਬੱਚੇ ਵੀ ਜਿਹੜੇ ਨੇ ਉਹ ਵੀ ਹੁਣ, ਇਹਨਾਂ ਦੀ ਬੇਟੀ ਹੈ ਸਿਮਰਤ ਹੈ, ਤੋ ਉਹਦੇ 'ਤੇ ਆਪ ਬੜੀ ਅੱਛੀ ਮਤਲਬ ਰਾਈਟਰ ਦੇ ਤੌਰ ਦੇ ਉੱਤੇ ਬੜਾ ਨਾਮ ਹੈ, ਉਸਦਾ ਵੀ ਬਹੁਤ ਨਾਮ ਹੈ। ਤੋ ਉਹਨਾਂ ਨੇ ਵੀ ਬੱਚਿਆਂ ਨੇ ਵੀ ਇਨਹੈਰਿਟ ਕੀਤਾ ਆਪਣੇ ਬਾਪ ਤੋਂ, ਜੋ ਉਹਨਾਂ ਦੇ ਗੁਣ ਸੀਗੇ ਉਹਨਾਂ ਨੂੰ ਉਹਨਾਂ ਨੇ ਆਪਣੀ ਵਿਰਾਸਤ ਦੇ ਵਿੱਚ ਲਿਆ, ਉਸੇ ਤਰ੍ਹਾਂ ਦੀ ਜ਼ਿੰਦਗੀ ਉਹਨਾਂ ਨੇ ਵੀ ਜੂਈ ਹੈ। ਇਹ ਬੜੇ ਵਿਰਲੇ ਇਨਸਾਨ ਹੁੰਦੇ ਨੇ ਜਿਹੜੇ ਆਪਣੇ ਬੱਚਿਆਂ ਦੇ ਵਿੱਚ ਵੀ ਆਪਣੇ ਫਲਸਫਾ ਜਿਹੜਾ ਹੈ ਉਹ ਲੈ ਕੇ ਜਾਂਦੇ ਨੇ, ਔਰ ਬੱਚੇ ਵੀ ਉਹਨਾਂ ਦੇ ਉਸ ਫਲਸਫੇ ਦੇ ਨਾਲ ਜਿਉਂਦੇ ਨੇ। ਤੋ ਸਾਨੂੰ ਬੜਾ ਇਸ ਗੱਲ ਦਾ ਮਾਣ ਹੈ ਕਿ ਇੱਕ ਬੜੀ ਮਹਾਨ ਹਸਤੀ ਜਿਹੜੀ ਹੈ ਉਸਨੇ ਆਪਣੇ ਆਪ ਨੂੰ ਸੰਸਾਰ ਦੇ ਇਹਨਾਂ ਸਾਰੇ ਕਾਰਾਂ ਵਿਹਾਰਾਂ ਤੋਂ ਉੱਪਰ ਉੱਠ ਕੇ ਅਤੇ ਖੋਜ ਕਾਰਜ ਦੇ ਲਈ ਆਪਣੀ ਬੋਡੀ ਜਿਹੜੀ ਹੈ ਦਿੱਤੀ ਹੈ। ਇਹ ਬੜਾ ਬਹੁਤ ਔਖਾ ਇੱਕ ਹੱਕ ਹੈ ਜਿਹੜਾ ਮੈਡੀਕਲ ਕਾਲਜਾਂ ਦੇ ਵਿੱਚ ਵੀ ਬੱਚਿਆਂ ਨੂੰ ਮਿਲਿਆ, ਡਾਕਟਰੀ ਅਤੇ ਵਿਗਿਆਨ ਵਾਲਿਆਂ ਨੂੰ ਬੜੇ ਔਖੇ ਤਰੀਕੇ ਨਾਲ ਮਿਲਿਆ ਉਹਨਾਂ ਨੂੰ, ਵੀ ਉਹ ਇੱਕ ਬੋਡੀ ਨੂੰ ਡਿਸੈਕਟ ਕਰ ਸਕਦੇ ਹੋਣ, ਉਹਦੀ ਚੀਰ ਫਾੜ ਕਰ ਸਕਦੇ ਹੋਣ ਔਰ ਉਹਦੇ ਬਾਅਦ ਆਪਣੀ ਪੜ੍ਹਾਈ ਜਿਹੜੀ ਹੈ ਉਹ 'ਤੇ ਮੁਕੰਮਲ ਕਰ ਸਕਦੇ ਹੋਣ। ਤੋ ਅੱਜ ਕੱਲ੍ਹ ਜਦੋਂ ਕਿ ਬਹੁਤ ਇਸ ਗੱਲ ਦੀ ਸ਼ਾਰਟੇਜ ਹੈ, ਲੋਕ ਇਸ ਪਾਸੇ ਨਹੀਂ ਆ ਰਹੇ, ਉਸ ਸਮੇਂ ਦੇ ਵਿੱਚ ਵੀ ਇੱਕ ਬੜੇ ਵੱਡਾ ਮੈਡੀਕਲ ਕਾਲਜ ਦੇ ਲਈ ਵੀ ਇੱਕ ਬੜੀ ਵੱਡੀ ਦੇਣ ਹੋਏ ਹੈਗੀ ਹੈ ਕਿ ਇਸ ਪਰਿਵਾਰ ਨੇ ਜਾਂ ਉਹਨਾਂ ਨੇ ਆਪ ਆਪਣੇ ਆਪ ਨੂੰ ਬੋਡੀ ਨੂੰ ਡੋਨੇਟ ਕਰਕੇ ਅਤੇ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਦੀ ਖੋਜ ਦੇ ਵਿੱਚ ਆਪਣਾ ਹਿੱਸਾ ਪਾਇਆ। ਡਾਕਟਰ ਬੜੇ ਪਹੁੰਚੇ ਮਹਾਨਸਤੀ ਸੀਗੇ ਅਤੇ ਬਹੁਤ ਘੱਟ ਲੋਕ ਹੁੰਦੇ ਇਸ ਤਰ੍ਹਾਂ ਦੇ, ਲੋਕਾਂ ਨੂੰ ਕੀ ਕਰਨਾ ਚਾਹੁੰਦੇ? ਲੋਕਾਂ ਨੂੰ ਅਪੀਲ ਇਹੋ ਹੀ ਹੈ ਕਿ ਇਹਨਾਂ ਤੋਂ ਸਬਕ ਲੈਣਾ ਚਾਹੀਦਾ, ਸਿੱਖਣਾ ਚਾਹੀਦਾ, ਉਹਨਾਂ ਨੂੰ ਫੋਲੋ ਕਰਨਾ ਚਾਹੀਦਾ ਕਿ ਜਿਵੇਂ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਸਾਦਗੀ ਇਮਾਨਦਾਰੀ ਨਾਲ ਜ਼ਿੰਦਗੀ ਜੀਈ ਹੈ ਔਰ ਉਹਦੇ ਬਾਅਦ ਵੀ ਉਹਨਾਂ ਨੇ ਆਪਣੇ ਜਾਣ ਤੋਂ ਬਾਅਦ ਵੀ ਆਪਣੇ ਆਪ ਨੂੰ ਸਮਰਪਿਤ ਕੀਤਾ ਕਿ ਉਹਨਾਂ ਦੀ ਜਿਹੜਾ ਸਰੀਰ ਹੈ ਉਹ ਵਿਗਿਆਨ ਦੇ ਲਈ ਵਰਤਿਆ ਜਾ ਸਕਦਾ ਹੋਏ, ਤਾਂ ਵਿਗਿਆਨ ਦੀ ਇਸ ਸੋਚ ਨੂੰ ਅਪਣਾਉਣਾ ਚਾਹੀਦਾ ਔਰ ਸਮਾਜ ਦੇ ਵਿੱਚ ਚੰਗੀਆਂ ਕਦਰਾਂ ਕੀਮਤਾਂ ਜਿਹੜੀਆਂ ਨੇ ਉਹਨਾਂ ਦੇ ਲਈ ਕੰਮ ਕਰਨਾ ਚਾਹੀਦਾ।